ਜਿਹੜੇ ਮੈਂਬਰ ਫੜੇ ਨੇ ਇਹਦੇ ਬਾਰੇ ਦਿਓ ਜਾਣਕਾਰੀ ਕੀ ਸੀ ਪੂਰਾ ਮਾਮਲਾ ਹੈ। ਮਾਨਯੋਗ ਸਰ ਗੁਰਪ੍ਰੀਤ ਸਿੰਘ ਭੁੱਲਰ ਸੀਪੀ ਸਾਹਿਬ ਲੁਧਿਆਣਾ ਤੇ ਸਾਡੇ ਡੀਸੀਪੀ ਸਾਹਿਬ ਢੀਂਸਾ ਸਾਹਿਬ ਤੇ ਮੈਡਮ ਏਡੀਸੀਪੀ ਇਨਵੈਸਟੀਗੇਸ਼ਨ ਪੱਟੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਜਿਹੜੇ ਖਾਸ ਤੌਰ ਤੇ ਹੋਣ ਵਾਰਦਾਤਾਂ ਹੋਣੀਆਂ ਮੋਬਾਈਲ ਸਨੈਚਿੰਗ ਦੀਆਂ ਇਹਦੇ ਬਾਰੇ ਸਪੈਸ਼ਲ ਸਾਡੀ ਪੈਟਰੋਲਿੰਗ ਤੇ ਨਾਕਾਬੰਦੀ ਜਿਹੜੀ ਆ ਉਹ ਜਾਰੀ ਹੈ। ਇਹਦੇ ਤਹਿਤ ਸਾਨੂੰ ਪਹਿਲੇ ਦੋ ਦਿਨਾਂ ਦੇ ਵਿੱਚ ਦੋ ਤਿੰਨ ਸਾਨੂੰ ਕਾਮਯਾਬੀਆਂ ਮਿਲੀਆਂ। ਮੈਂ ਤੁਹਾਨੂੰ ਪਹਿਲੇ ਇਸ ਮੁਕੱਦਮੇ ਬਾਰੇ ਦੱਸਦਾ ਕਿ ਆਹ ਜਿਹੜੇ ਤਿੰਨ ਬੰਦੇ ਅੱਜ ਅਸੀਂ ਰਾਤੀ ਫੜੇ ਨੇ ਇਹ ਤਿੰਨੇ ਸ਼ਖਸ ਜਿਹਦੇ ਵਿੱਚ ਇੱਕ 50 ਸਾਲ ਦਾ ਲੇਕਿਨ ਇਹਨੇ ਦੋ ਯੰਗ ਮੁੰਡੇ ਆਪਣੇ ਨਾਲ 20 ਤੇ 21 ਸਾਲ ਦੇ ਦੋ ਮੁੰਡਿਆਂ ਦੇ ਨਾਲ ਜੋੜ ਕੇ ਇੱਕ ਗੈਂਗ ਬਣਾਇਆ। ਇਹਨਾਂ ਨੇ 15-7 ਨੂੰ ਆਹ ਹੁਣੀ 15 ਦਿਨ ਪਹਿਲੇ ਜਿਹੜਾ ਆਹ ਦਾਤ ਹੁੰਦਾ ਹੈਗਾ ਇਹਦੇ ਡਰ ਦੇ ਨਾਲ ਇਹ ਮੋਬਾਈਲ ਤੇ ਮੋਟਰਸਾਈਕਲ ਖੋਲ੍ਹਦੇ ਨੇ। ਇਹਦੇ ਵਿੱਚ ਵੀ 15-7 ਨੂੰ ਇਹਨਾਂ ਨੇ ਇੱਕ ਮੋਟਰਸਾਈਕਲ ਖੋਇਆ ਜਿਹਦੇ ਚ ਪਹਿਲੇ ਆਲਰੇਡੀ ਇੱਥੇ ਮੇਹਰਬਾਨ ਥਾਣੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੈਗਾ 77 ਨੰਬਰ 379 ਜੀ ਦਾ। ਇਹ ਹੁਣ ਜਦੋਂ ਸਾਨੂੰ ਰਾਤ ਇੱਕ ਮੁਖਬਰੀ ਹੋਈ ਮੁਖਬਰੀ ਤੇ ਤਿੰਨੋਂ ਫੜੇ ਤੇ ਉਹਦੇ ਚ ਅਸੀਂ ਬਕਾਇਦਾ ਰਾਤੀ ਇੱਕ ਮੁਕੱਦਮਾ ਜਿਹੜਾ ਦਰਜ ਕੀਤਾ 116 ਨੰਬਰ ਤਿੰਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਕਰਨੈਲ ਸਿੰਘ ਕਿੱਲੀ ਮੰਡ ਚੌਂਤਾ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਇੱਕ ਰਿਤਿਕ ਮਿਸ਼ਰਾ ਤੇ ਹਰੀਸ਼ ਕੁਮਾਰ। ਇਹਨਾਂ ਦੋਨਾਂ ਦੀ ਬੈਕਗ੍ਰਾਉਂਡ ਯੂਪੀ ਦੀ ਹੈ ਪ੍ਰਵਾਸੀ ਨੇ ਲੇਕਿਨ ਇੱਥੇ ਕਿਰਾਏ ਤੇ ਰਹਿੰਦਾ ਇੱਕ ਤਾਂ ਇਹਦੇ ਨਾਲ ਹੀ ਰਹਿੰਦਾ ਕਿਰਾਏ ਤੇ ਦੂਸਰਾ ਬੰਦਾ ਇੱਥੇ ਇੱਕ ਸਰਦਾਰ ਦਾ ਮਕਾਨ ਹੈ ਉਹਦੇ ਤੇ ਰਹਿੰਦਾ। ਇਹ ਤਿੰਨਾਂ ਨੇ ਰਲ ਕੇ ਇੱਕ ਗੈਂਗ ਬਣਾਇਆ ਗੈਂਗ ਬਣਾ ਕੇ ਇਹਨਾਂ ਨੇ ਹੁਣ ਤੱਕ ਕਰੀਬ ਸਾਡੇ ਕੋਲ ਹੁਣ ਤੱਕ ਦੀ ਇਹ ਪੁੱਛਗਿੱਛ ਦੇ ਘੱਟੋ ਘੱਟ 22 ਵਾਰਦਾਤਾਂ ਮੰਨ ਚੁੱਕੇ ਹੈ ਔਰ ਅਸੀਂ ਇਹਦੇ ਚ ਹੁਣ ਤੱਕ 15 ਮੋਬਾਈਲ ਬਰਾਮਦ ਕਰ ਲਏ ਨੇ ਤੇ ਜਿਹੜਾ ਇਹਨਾਂ ਨੇ 15-7 ਨੂੰ ਮੋਟਰਸਾਈਕਲ ਖੋਇਆ ਸੀ ਉਹ ਮੋਟਰਸਾਈਕਲ ਬਰਾਮਦ ਕਰ ਲਿਆ ਤੇ ਦਾਤ ਉਹ ਚੀਜ਼ ਬਰਾਮਦ ਕਰ ਲਈ ਹੈ ਔਰ ਇਹ ਖਾਸ ਤੌਰ ਤੇ ਟਿੱਬਾ ਥਾਣਾ ਔਰ ਮੇਹਰਬਾਨ ਥਾਣੇ ਦੇ ਵਿੱਚ ਆਮ ਤੌਰ ਤੇ ਪ੍ਰਵਾਸੀ ਜਾਂ ਇਹੋ ਜਿਹੇ ਲੋਕਾਂ ਤੋਂ ਇਹ ਮੋਬਾਈਲ ਫੋਨ ਉਹਦਾ ਡਰ ਦਾਤ ਦਾ ਲੈ ਕੇ ਇਹ ਸਨੈਚਿੰਗ ਕਰਦੇ ਸੀਗੇ। ਸਰ ਕਿੰਨੀ ਦੇਰ ਤੋਂ ਕਰ ਰਹੇ ਸੀ ਇਹ ਕੰਮ? ਇਹ ਪਿਛਲੇ ਤਿੰਨ ਕੁ ਮਹੀਨਿਆਂ ਤੋਂ। ਉਹਦਾ ਕਾਰਨ ਇਹ ਹੈ ਵੀ ਜਿਹੜਾ ਕਿੱਲੀ ਹੈ ਇਹ ਵੀ ਬੇਰੁਜ਼ਗਾਰ ਹੈ ਜਿਹੜੇ ਦੋਨੇ ਮੁੰਡੇ ਆ ਜਿਹਨਾਂ ਦੇ ਵਿੱਚ ਇੱਕ ਬੰਦਾ ਪਹਿਲੇ ਹੌਜ਼ਰੀ ਚ ਕੰਮ ਕਰਦਾ ਸੀ ਇਹ ਵੀ 2.5-3 ਮਹੀਨਿਆਂ ਤੋਂ ਵਿਹਲਾ ਹੈ ਤੇ ਦੂਸਰਾ ਬੰਦਾ ਜਿਹੜਾ ਹੈਗਾ ਉਹ 2 ਕੁ ਮਹੀਨਿਆਂ ਤੋਂ ਇਹਨਾਂ ਦੇ ਨਾਲ ਉਹ ਇੱਥੇ ਇੱਕ ਭਾਰਤ ਗੈਸ ਏਜੰਸੀ ਹੈ ਉਹ ਮਤਲਬ ਦੋਨੇ ਹੈ ਵੀ 5-7-10 ਪੜੇ ਹੋਏ ਨੇ ਇਹਨਾਂ ਨੂੰ ਔਰ ਨਸ਼ਾ ਕਰਨ ਦੇ ਆਦੀ। ਦੇਖੋ ਸਭ ਤੋਂ ਵੱਡੀ ਗੱਲ ਤਿੰਨੇ ਨਸ਼ਾ ਕਰਨ ਦੇ ਆਦੀ ਹੈ ਔਰ ਇਹਨਾਂ ਦੇ ਤਿੰਨਾਂ ਨੇ ਰਲ ਕੇ ਗੈਂਗ ਬਣਾਇਆ ਸੀਗਾ ਔਰ ਪਿਛਲੇ 2-3 ਮਹੀਨਿਆਂ ਦੇ ਵਿੱਚ ਇਹਨਾਂ ਨੇ ਝੜੀ ਲਾ ਦਿੱਤੀ ਹੁਣ ਤੱਕ 22 ਵਾਰਦਾਤਾਂ ਸਾਡੇ ਕੋਲ ਮੰਨ ਚੁੱਕੇ ਨੇ ਤੇ ਜਿਹਦੇ ਵਿੱਚ ਅਸੀਂ 15 ਮੋਬਾਈਲ ਬਰਾਮਦ ਕਰ ਚੁੱਕੇ ਹਾਂ ਤੇ ਮੋਟਰਸਾਈਕਲ ਜਿਹੜਾ ਉਸ ਦਿਨ ਖੋਇਆ ਉਹ ਵੀ ਪਲੱਸ ਹੁਣ ਹੋਰ ਅਸੀਂ ਅੱਗੇ ਤਫਤੀਸ਼ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਹੋਰ ਵੀ ਬਰਾਮਦ ਕੀਤਾ। ਪੁਲਿਸ ਕੀ ਕਾਰਵਾਈ ਕਰ ਰਹੀ ਸੀ? ਅਸੀਂ ਇਹਦੇ ਵਿੱਚ ਬਕਾਇਦਾ FIR ਦਰਜ ਕਰ ਲਈ ਜੀ 379-2-411 ਔਰ ਮੁਕੱਦਮਾ ਦਰਜ ਕਰਕੇ ਜਿਹੜੇ ਮੁਕੱਦਮੇ ਦੇ ਵਿੱਚ ਟਰੇਸ ਹੋ ਰਹੇ ਜਿਹੜੀਆਂ ਇਹਨਾਂ ਦੇ ਪਹਿਲਾਂ ਵਾਰਦਾਤਾਂ ਕੀਤੀਆਂ ਗਈਆਂ ਉਹ ਤੇ ਅਸੀਂ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਤਫਤੀਸ਼ ਜਿਹੜੀ ਹੈ ਉਹ ਸੜੀ ਜਾ ਰਹੀ ਹੈ। ਸਰ ਇੱਕ 2 ਦਿਨ ਪਹਿਲਾਂ ਵੀ ਗੈਂਗ ਫੜਿਆ ਸੀ ਉਹਦੇ ਬਾਰੇ ਵੀ ਦੇ ਦਿਓ ਜਾਣਕਾਰੀ ਥੋੜੀ ਜੀ। ਬਿਲਕੁਲ ਮੈਂ ਤੁਹਾਨੂੰ ਦੱਸਦਾ ਹੈ ਇਹ ਜਿਹੜੀ ਮੁਹਿੰਮ ਅਸੀਂ ਚਲਾਈ ਹੈ ਸਾਨੂੰ ਬੜੀ ਵਧੀਆ ਕਾਮਯਾਬੀ 2 ਦਿਨ ਪਹਿਲਾਂ ਵੀ ਮਿਲੀ ਹੈ ਉਹਦੇ ਵਿੱਚ ਵੀ ਅਸੀਂ 3 ਬੰਦੇ ਪ੍ਰਦੀਪ ਮੁਹੰਮਦ ਪ੍ਰਵੇਜ ਤੇ ਮਨਿੰਦਰ ਨਾਥ ਜਿਹੜਾ ਪ੍ਰਵੇਜ ਹੈ ਇਹ ਇਹਨਾਂ ਦਾ ਸਰਗਨਾ ਸੀ ਪ੍ਰਵੇਜ ਔਰ ਪ੍ਰਦੀਪ ਕੁਮਾਰ ਹੈ ਜਿਹੜੇ ਦੋਨੇ ਹੀ ਜੇਲ੍ਹ ਦੇ ਵਿੱਚੋਂ ਅਪ੍ਰੈਲ ਦੇ ਵਿੱਚ ਤੇ ਮਈ ਦੇ ਵਿੱਚ ਇਹ ਜ਼ਮਾਨਤ ਤੇ ਆਏ ਨੇ ਦੋਨੇ ਬੰਦੇ ਔਰ ਪ੍ਰਵੇਜ ਦੇ ਖਿਲਾਫ 8 ਮੁਕੱਦਮੇ ਆਲਰੇਡੀ ਪਹਿਲਾਂ ਦਰਜ ਹੈ ਲੁੱਟਾਂ ਖੋਹਾਂ ਦੇ ਔਰ ਜਿਹੜਾ ਪ੍ਰਦੀਪ ਹੈ ਉਹਦੇ ਖਿਲਾਫ 4 ਮੁਕੱਦਮੇ ਦਰਜ ਹੈ। ਤੀਜਾ ਬੰਦਾ ਇਹਨਾਂ ਨੇ ਨਾਲ ਲਾਇਆ ਇਹ ਵੀ ਇਸੇ ਤਰੀਕੇ ਦੇ ਨਾਲ ਸੇਮ ਮੋਡਸ ਪਰੈਂਡੀ ਉਮੀ ਡਰ ਲੈ ਕੇ ਦਾਤ ਦਾ ਤੇ ਮੋਬਾਈਲ ਸਨੈਚ ਕਰਦੇ ਸੀਗੇ ਉਹਦੇ ਵਿੱਚ ਵੀ ਅਸੀਂ ਬਕਾਇਦਾ ਉਹਦੇ ਚ ਅਸੀਂ ਜਿਹੜਾ ਮੋਟਰਸਾਈਕਲ ਹੀਰੋ ਸਿਲੰਡਰ ਜਿਹਦੇ ਵਾਰਦਾਤਾਂ ਸੀ ਉਹ ਫਗਵਾੜੇ ਤੋਂ ਚੋਰੀ ਇਹ ਫਗਵਾੜੇ ਤੋਂ ਚੋਰੀ ਕੀਤਾ ਹੋਇਆ ਸੀ ਇਹਨਾਂ ਨੇ ਉਹ ਬਰਾਮਦ ਕੀਤਾ ਤੇ ਇਹਦੇ ਚ ਵੀ ਅਸੀਂ 9 ਮੋਬਾਈਲ ਬਰਾਮਦ ਕੀਤੇ ਉਹਨਾਂ ਤੋਂ ਤੇ ਇਹਦੇ ਚ ਇਹਦੇ ਚ ਵੀ ਜਿਹੜੀ ਉਹਨਾਂ ਨੇ ਵਾਰਦਾਤਾਂ ਮੰਨੀਆਂ ਨੇ ਘੱਟੋ ਘੱਟ ਕਰੀਬ 2 ਦਰਜਨ ਦੇ ਕਰੀਬ ਉਹਨਾਂ ਨੇ ਵਾਰਦਾਤਾਂ ਮੰਨੀਆਂ ਉਹਦੇ ਵਿੱਚ ਹੁਣ ਜਿਵੇਂ ਫਰਦ ਬਾਕੀ ਸਾਰੇ ਥਾਣੇ ਵਾਲੇ ਜਿਹੜੇ ਜਿਹੜੇ ਉਹਨਾਂ ਦੇ ਖਿਲਾਫ਼ ਮੁਕੱਦਮੇ ਦਰਜ ਹੈ ਉਹ ਸਾਰੇ ਟਰੇਸ ਕਰ ਰਹੇ ਨੇ ਉਹਨੂੰ ਪ੍ਰੋਡਕਸ਼ਨ ਬਣ ਕੇ ਲਿਆ ਗਿਆ।
इस तरह यह दोने गैंग फंड बड़ी वड्डी खास तौर पर ईस्ट सब डिवीजन जिन्नियां लुट्टां हो रही वारदातां हो रही सी एडीसीपी फोर के एरिए खास तौर पर काफी हद तक हल हो गए।